ਉਹ ਇਕੱਠੇ ਲੈਂਦੇ ਸਨ 60 ਬਾਜ਼ਾਰ ਦੇ ਤਿੰਨ ਬੱਚੇ ਤਿੰਨ ਬੱਚੇ ਹਾਂਜੀ ਤੇ ਲੱਖ ਦੇ ਵਿੱਚ ਲੱਖ ਦੇ ਵੇਚਦੇ ਹਨ ਹਾਂਜੀ ਕਿੰਨੇ ਮਹੀਨੇ ਰੱਖਿਆ ਸੀ ਤੁਸੀਂ 3 ਮਹੀਨੇ ਤੇ ਵੰਡਾ ਵੰਡਾ ਖਵਾਉਂਦੇ ਤੇ ਨਹੀਂ ਉਹਨਾਂ ਨੂੰ ਤੱਕੇ ਕੱਲਾ ਝੋਟੇ ਲੈਂਦੇ ਅੱਛਾ ਝੋਟੇ 6 ਝੋਟੇ ਸਾਂਭੇ ਉਹ ਕੁਰਬਾਨੀ ਪਹਿਲੇ ਉਹ ਵੇਚ ਸਟੇ ਤੇ ਉਹਦੇ ਚ ਵੀ ਅੱਲਾ ਰੋਜ਼ੀ ਦਿੱਤੀ ਉਹਨਾਂ ਨੇ ਵੀ ਅੱਲਾ ਰੋਜ਼ੀ ਦਿੱਤੀ ਫਿਰ ਉਸ ਤੋਂ ਬਾਅਦ ਤੇ ਫਿਰ ਜਾਨਵਰ ਲੈਂਦੇ ਨੇ 14 15 ਇੱਕ ਅੱਲਾ ਨੂੰ ਪਿਆਰਾ ਹੋ ਗਿਆ ਆ ਜਿਹੜੇ ਬੱਚੇ ਨੇ ਨਹੀਂ ਇਹਨੇ ਤੋਂ ਅੱਗੇ ਅੱਛਾ ਉਹ ਇੱਕ ਅੱਲਾ ਨੂੰ ਪਿਆਰਾ ਹੋ ਗਿਆ ਬਾਕੀ 14 ਰਹਿ ਗਏ ਤੇ 14 ਦੇ ਵਿੱਚੋਂ ਰੱਬ ਨੇ ਰੋਜ਼ੀ ਸਾਨੂੰ ਫਿਰ ਦਿੱਤੀ ਹੈ ਫਿਰ ਰੋਜ਼ੀ ਦਿੱਤੀ ਹਾਂ ਫਿਰ ਰੋਜ਼ੀ ਦਿੱਤੀ ਤੇ ਹੁਣ 14 ਫਿਰ ਲੈਂਦੇ ਨੇ ਮੈਂ ਹਾਂ ਆਪਕਾ ਮੇਜ਼ਬਾਨ ਏ ਜੀ ਅਦਰ ਖਾਨ ਮੇਰੇ ਤਰਫ ਸੇ ਸਭ ਭਾਈਓ ਬਜ਼ੁਰਗੋ ਬਹਿਨੋ ਕੋ ਅਸਲਾਮ ਅਲੈਕੁਮ ਵ ਰਹਿਮਤੁਲਾਹਿ ਵ ਬਰਕਾਤੁਹੁ ਆਜ ਮੈਂ ਫਿਰ ਆਪਕੀ ਖਿਦਮਤ ਮੈਂ ਬਛੜਾ ਫਾਰਮਿੰਗ ਕੇ ਹਵਾਲੇ ਸੇ ਇਨਫਾਰਮੇਸ਼ਨ ਲੈ ਕਰ ਆਇਆ ਹੂੰ ਤੋ ਉਸਸੇ ਪਹਿਲੇ ਮੈਂ ਦੋਸਤੋ ਸੇ ਗੁਜ਼ਾਰਿਸ਼ ਕਰੂੰਗਾ ਜੋ ਨਏ ਆਏ ਹੈ ਉਨਸੇ ਰਿਕੁਐਸਟ ਕਰਤਾ ਹੂੰ ਕਿ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਲੇਂ ਔਰ ਸਾਥ ਸਾਥ ਘੰਟੀ ਕੇ ਨਿਸ਼ਾਨ ਕੋ ਲਾਜ਼ਮੀ ਦਬਾ ਦੇਂ ਤਾਂ ਕਿ ਹਮਾਰੀ ਜਬ ਵੀ ਨਈ ਵੀਡੀਓ ਆਏ ਵੋ ਆਪ ਤੱਕ ਨੋਟੀਫਿਕੇਸ਼ਨ ਕੇ ਜ਼ਰੀਏ ਪਹੁੰਚ ਸਕੇ ਆਈਏ ਇਸ ਅੰਕਲ ਜੀ ਕੇ ਪਾਸ ਚਲਤੇ ਹੈ ਉਨਸੇ ਅੱਛੀ ਅੱਛੀ ਇਨਫਾਰਮੇਸ਼ਨ ਲੈ ਕਰ ਆਪ ਤੱਕ ਪਹੁੰਚਾਤੇ ਹੈ ਔਰ ਉਨਸੇ ਪੁੱਛਤੇ ਹੈ ਇਹ ਕਹਾਂ ਸੇ ਖਰੀਦੇ ਹੈ ਔਰ ਕਿਆ ਕਿਆ ਚੀਜ਼ ਡਾਲ ਰਹੇ ਹੈ ਬੱਚੜੋਂ ਕੋ ਮਲੂਮਾਤ ਲੈ ਕਰ ਆਪ ਤੱਕ ਪਹੁੰਚਾਤੇ ਹੈ ਆਈਏ ਅੰਕਲ ਜੀ ਕੇ ਪਾਸ ਚਲਤੇ ਹੈ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ ਸਲਾਮ ਵਰਹਮਤੁਲਾਹਿ ਵਬਰਕਾਤੁਹ ਅੰਕਲ ਜੀ ਕੀ ਹਾਲ ਹੈ ਦੁਆਵਾਂ ਨੇ ਅੱਛਾ ਅੰਕਲ ਜੀ ਆਪਣਾ ਨਾਮ ਸਭ ਤੋਂ ਪਹਿਲਾਂ ਦੱਸੋ ਮੁਹੰਮਦ ਸਦੀਕ ਵਲਦ ਪਹਿਲਵਾਨ ਪਿੰਡ ਦਾ ਨਾਂ ਖੋਖਰ ਅਸ਼ਰਫ ਖੋਖਰ ਅਸ਼ਰਫ ਹਾਂਜੀ ਤਹਿਸੀਲ ਚੁਣੀਆ ਜ਼ਿਲ੍ਹਾ ਕਸੂਰ ਜੀ ਅੱਛਾ ਜੀ ਖੋਖਰ ਅਸ਼ਰਫ ਅੱਛਾ ਇਸ ਟਾਈਮ ਆਪਣੇ ਕਿੰਨੇ ਬੱਚੇ ਨੇ ਇਸ ਵਕਤ 14 ਜਾਨਵਰ ਨੇ 14 ਜਾਨਵਰ ਨੇ ਤੇ ਕਿਹੜੀ ਨਸਲ ਦੇ ਨੇ ਦੋ ਵਲੈਤੀ ਨੇ ਤੇ 12 ਦੇਸੀ ਨੇ 12 ਦੇਸੀ ਸਹੀਵਾਲ ਨਸਲ ਅੱਛਾ ਅੱਛਾ ਮਾਸ਼ਾਅੱਲਾ ਅੱਛਾ ਅੰਕਲ ਜੀ ਤੁਸੀਂ ਇਹ ਦੱਸਣਾ ਹੈ ਕਿ ਇਹ ਕਿੱਥੋਂ ਲੈ ਕੇ ਆਏ ਸਾ ਜੀ ਤੁਸੀਂ ਇਹ ਬਾਵਲ ਨਗਰੋਂ ਲੈ ਕੇ ਆਏ ਸਾ ਬਾਵਲ ਨਗਰ ਤੋਂ ਹਾਂਜੀ ਮੰਡੀ ਮਦਰਸਾ ਮੰਡੀ ਮਦਰਸਾ ਹਾਂਜੀ ਦੋ ਤਰਫ ਉੱਥੇ ਬੱਕਰਿਆਂ ਦੀ ਨਹੀਂ ਮੰਡੀ ਲੱਗਦੀ ਨਾ ਜੀ ਦੋਵੇਂ ਲੱਗਦੀ ਹੈ ਦੋਵੇਂ ਲੱਗਦੀਆਂ ਨੇ ਇਹ ਕਿਹੜੇ ਦਿਨ ਲੱਗਦੀ ਹੈ ਬੁੱਧਵਾਰ ਬੁੱਧ ਵਾਲੇ ਦਿਨ ਲੱਗਦੀ ਅੱਛਾ ਅੱਛਾ ਤੇ ਹੁਣ ਤੁਸੀਂ ਇਹ ਦੱਸੋ ਉੱਥੋਂ ਇੰਨਾ ਪੰਦ ਲੈ ਕੇ ਆਜੇ ਕਿਰਾਇਆ ਕੀ ਪਿਆ ਤੁਹਾਨੂੰ ਕਿਰਾਇਆ 10,000 ਰੁਪਈਆ ਪਿਆ 10,000 ਮੈਂ ਕਾਰ ਲੈ ਤੇ ਗਿਆ ਮੇਰੇ ਕੋਲ 9,000 ਲਿਆ ਅਸੀਂ ਕਹਿ ਰਹੇ ਬਾਦਸ਼ਾਹ ਤੁਹਾਡਾ ਕੋਈ ਹਿਸਾਬ ਹੋਰ ਹੈ ਸਾਡਾ ਕੋਈ ਹੋਰ ਹੈ ਡੰਗਰਾਂ ਦਾ ਹਿਸਾਬ ਹੈ ਤੁਹਾਡਾ ਕਾਰ ਦਾ ਹਿਸਾਬ ਹੈ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਜੀ ਅੱਛਾ ਉੱਥੋਂ ਤੁਹਾਨੂੰ ਬੱਚਾ ਕੀ ਰੇਟ ਮਿਲਿਆ ਇੱਕ ਬੱਚਾ ਇਹ ਤਕਰੀਬਨ ਰਲਿਆ ਮਿਲਿਆ ਹੈਗਾ ਤਕਰੀਬਨ 26-27 ਹਜ਼ਾਰ 26-27 ਹਜ਼ਾਰ ਦਾ ਲੋਕੀ ਤੇ ਵੱਡੇ ਵੱਡੇ ਬੱਚੇ ਲਿਆ ਕੇ ਪਾਲਦੇ ਨੇ ਤੁਸੀਂ ਚਾਚਾ ਨਿੱਕੇ ਬੱਚੇ ਲਿਆ ਕਿਉਂ ਪਾਲੇ ਬਾਦਸ਼ਾਹ ਇਹ ਆਪੋ ਤਾਂ ਆਪ ਹਿਸਾਬ ਕਿਤਾਬ ਹੁੰਦੇ ਨੇ ਨਾ ਬਾਦਸ਼ਾਹ ਕਿਸ ਤਰ੍ਹਾਂ ਜੀ ਬਈ ਕੋਈ ਛੋਟਾ ਪਾਲਦਾ ਕੋਈ ਵੱਡਾ ਪਾਲਦਾ ਮੇਰੇ ਸੁਣਨ 'ਚ ਇਹ ਆਇਆ ਕਿ ਛੋਟੇ ਬੱਚਿਆਂ ਨੂੰ ਬਿਮਾਰੀਆਂ ਪੈਂਦੀਆਂ ਨੇ ਇਹ ਤਾਂ ਖੈਰ ਹੋ ਸਕਦਾ ਅੱਗੇ ਤਾਂ ਅਸੀਂ ਇੰਨਾ ਨਹੀਂ ਪੜ੍ਹੇ ਹੈਗੇ ਵੀ ਜਿਹੜਾ ਤੁਹਾਨੂੰ ਦੱਸੀਏ ਵੀ ਬਿਮਾਰੀਆਂ ਪੈਂਦੀਆਂ ਨੇ ਜਾਂ ਨਹੀਂ ਪੈਂਦੀਆਂ ਤੁਹਾਡੇ ਬੱਚਿਆਂ ਦੇ ਕਾਰੋਬਾਰ 'ਚ ਕਿੰਨਾ ਤਜਰਬਾ ਹੋ ਗਿਆ ਜਾਂ ਪਹਿਲੀ ਦਫ਼ਾ ਪਾਏ ਨਹੀਂ ਨਹੀਂ ਆਪਾਂ ਦੂਸਰੀ ਦਫ਼ਾ ਪਾ ਰਹੇ ਤੇ ਜਦੋਂ ਪਹਿਲੀ ਵਾਰੀ ਬੱਚੇ ਲਿਆਂਦੇ ਸਾਜੇ ਜੀ ਤੁਹਾਨੂੰ ਅੱਲਾ ਉਹਦੇ ਵਿੱਚੋਂ ਅੱਲਾ ਨੇ ਰੋਜ਼ੀ ਤੁਹਾਨੂੰ ਦਿੱਤੀ ਸੀ ਵਾਧੂ ਰੋਜ਼ੀ ਦਿੱਤੀ ਤਕਰੀਬਨ ਕਿੰਨੇ ਬੱਚੇ ਸਨ ਪਹਿਲੀ ਵਾਰੀ ਤਿੰਨ ਬੱਚੇ ਸਨ ਉਹ ਕੁਰਬਾਨੀ ਦੇ ਵਿੱਚ ਜੇ ਜਾਂ ਜੀ ਇਸ ਤਰ੍ਹਾਂ ਗੋਸ਼ ਦੇ ਸਾਹਿਬ ਗੋਸ਼ ਦੇ ਸਾਹਿਬ ਦੇ ਕਿੰਨੇ ਦੇ ਇੱਕ ਬੱਚਾ ਲਿਆਂਦਾ ਹੈ ਕਿੰਨੇ ਵਿੱਚ ਹਜੇ ਉਹ ਇਕੱਠੇ ਲਿਆਂਦੇ ਸਨ 60 ਕੁ ਹਜ਼ਾਰ ਦੇ ਤਿੰਨ ਬੱਚੇ ਤਿੰਨ ਬੱਚੇ ਹਾਂਜੀ ਤੇ ਲੱਖ ਦੇ ਵਿੱਚ ਲੱਖ ਦੇ ਵੇਚਦੇ ਹਨ ਹਾਂਜੀ ਕਿੰਨੇ ਮਹੀਨੇ ਰੱਖਿਆ ਸੀ ਤੁਸੀਂ 3 ਮਹੀਨੇ ਤੇ ਵੰਡਾ ਵੰਡਾ ਖਵਾਉਂਦੇ ਤੇ ਨਹੀਂ ਉਹਨਾਂ ਨੂੰ ਤੱਕੇ ਇਕੱਲਾ ਆਲੂ ਹੀ ਖਵਾ ਰਿਹਾ ਸੀ ਆਲੂ ਅੱਜ ਕਿੱਥੋਂ ਲੱਭ ਗਿਆ ਹੈ ਕਿਹਨੇ ਉਸਲੇ ਪਰ ਦੀ ਗੱਲ ਹੈ ਨਾ ਫਿਰ ਝੋਟੇ ਲਿਆਂਦੇ ਅੱਛਾ ਝੋਟੇ 6 ਝੋਟੇ ਸਾਂਭੇ ਉਹ ਕੁਰਬਾਨੀਆਂ ਪਹਿਲੇ ਉਹ ਵੇਚ ਸਟੇ ਤੇ ਉਹਦੇ 'ਚ ਵੀ ਅੱਲਾ ਰੋਜ਼ੀ ਦਿੱਤੀ ਉਹਨਾਂ 'ਚ ਵੀ ਅੱਲਾ ਰੋਜ਼ੀ ਦਿੱਤੀ ਫਿਰ ਉਸ ਤੋਂ ਬਾਅਦ ਤੇ ਫਿਰ ਜਾਨਵਰ ਲਿਆਂਦੇ ਨੇ 14-15 ਇੱਕ ਅੱਲਾ ਨੂੰ ਪਿਆਰਾ ਹੋ ਗਿਆ ਆ ਜਿਹੜੇ ਬੱਚੇ ਨੇ ਨਹੀਂ ਇਹਨੇ ਤੋਂ ਅੱਗੇ ਅੱਛਾ ਉਹ ਇੱਕ ਅੱਲਾ ਨੂੰ ਪਿਆਰਾ ਹੋ ਗਿਆ ਬਾਕੀ 14 ਰਹਿ ਗਏ ਤੇ 14 ਦੇ ਵਿੱਚੋਂ ਰੱਬ ਨੇ ਰੋਜ਼ੀ ਸਾਨੂੰ ਫਿਰ ਦਿੱਤੀ ਹੈ ਫਿਰ ਰੋਜ਼ੀ ਦਿੱਤੀ ਹਾਂ ਫਿਰ ਰੋਜ਼ੀ ਦਿੱਤੀ ਤੇ ਹੁਣ 14 ਫਿਰ ਲੈਂਦੇ ਨੇ 14 ਫਿਰ ਲੈਣ ਹਾਂ 14 ਫਿਰ ਲੈਣ ਉਹਨਾਂ ਇਹਨਾਂ ਸਾਰਿਆਂ ਵਿੱਚੋਂ ਪਿਛੇ ਪਹਿਲਿਆਂ ਜੋ ਤੁਸੀਂ ਦੱਸਤਾ ਜਿਹੜੇ ਪਿਛਲੇ 14 ਇੱਕ ਤੁਹਾਡਾ ਬੱਚਾ ਮਰ ਵੀ ਗਿਆ ਉਹਦੇ 'ਚੋਂ ਪੂਰਾ ਪੂਰਾ ਹੀ ਆਇਆ ਕੰਮ ਪੂਰਾ ਪੂਰਾ ਹੀ ਆਇਆ ਬੱਚਾ ਕਿਉਂ ਮਰਿਆ ਸੀ ਬਿਮਾਰੀ ਉਹਨੂੰ ਲੱਗੀ ਸੀ ਉਹਨੂੰ ਬੁਖਾਰ ਹੋ ਗਿਆ ਸੀ ਕਿਸੇ ਡਾਕਟਰ ਨਾਲ ਰਾਬਤਾ ਕਰ ਲਓ ਬੜਾ ਡਾਕਟਰ ਨਾਲ ਰਾਬਤਾ ਕੀਤਾ ਕੋਈ ਦੇਸੀ ਨੁਸਖਾ
ਕੋਈ ਦੇਸੀ ਨੁਸਖਾ ਦਾ ਅਸੀਂ ਨਹੀਂ ਲਾਇਆ ਲੋਇਆ ਤੇ ਡਾਕਟਰ ਨਾਲ ਹੀ ਮਸਲਾ ਕਰਕੇ ਤੇ ਕਰਨ ਲੱਗਦੇ ਰਹੇ। ਅੱਛਾ ਫੀਟ ਤੇ ਫਿਰ ਉਹ ਬੈਠ ਗਿਆ ਤੇ ਫਿਰ ਉਹ ਵੇਚ ਵੇਚਦਾ। ਅੱਛਾ ਹੁਣ ਇਹਨਾਂ ਵੱਛਿਆਂ ਦੇ ਆਉਣੇ ਆ, ਹੁਣ ਇਹਨਾਂ ਵੱਛਿਆਂ ਨੂੰ ਕੀ ਚੀਜ਼ ਖਿਲਾ ਰਹੇ ਜੇ? ਹੁਣ ਇਸ ਵਕਤ ਕਣਕ ਪਿਆ ਕੇ ਤੇ ਜਿਹਾ ਪਾਣੀ 'ਚ ਠਾਰ ਕੇ ਹਾਂਜੀ ਉਹ ਪੱਠਿਆਂ ਉੱਤੇ ਪਾ ਰਹੇ, ਪੱਠਿਆਂ ਉੱਤੇ ਪਾਉਂਦੇ ਜੇ ਪੱਠਿਆਂ ਹੋਰ ਸਵਾ ਆਲੂ ਜੋ ਹੁਣ ਸਵੇਰੇ ਆਲੂ ਹਾਂਜੀ ਤੇ ਬਾਅਦ 'ਤੇ ਇਹ ਜਿਹੜਾ ਕਣਕ ਦਾ ਵੰਡਾ ਇਹ ਪਾ ਰਹੇ। ਕਣਕ ਦਾ ਵੰਡਾ ਮੁੱਲ ਬਾਜ਼ਾਰੋਂ ਨਹੀਂ ਲਿਆਉਂਦੇ ਪਏ? ਨਾ ਨਾ ਬਾਜ਼ਾਰੋਂ ਨਹੀਂ, ਆਲੂ ਲੈਂਦੇ ਪਏ ਬਾਜ਼ਾਰੋਂ ਬਾਹਰੋਂ। ਆਲੂ ਕੀ ਰੇਟ ਬੋਰੀ ਮਿਲਦਾ ਪਿਆ ਜੇ? ਇਹ ਅਸੀਂ 400 ਕੁ ਸੌ ਨੂੰ, 450 ਨੂੰ ਸਾਨੂੰ ਕਰੀ ਆਉਣ ਪਹੁੰਚੇ। ਕਿੰਨਾ ਚਿਰ ਹੋ ਗਿਆ ਪਹਿਲੇ ਲੈਂਦੇ ਨੂੰ? ਇਹ ਮੇਰੇ ਖਿਆਲ ਕੋਈ 3 ਕੁ ਦਿਨ ਹੀ ਹੋਏ। 3 ਕੁ ਦਿਨ? ਅੱਛਾ ਤੇ ਤੋ ਇਹ ਕਿੰਨਾ ਚਿਰ ਹੋ ਗਿਆ ਬੱਚੇ ਲੈਂਦਿਆਂ ਨੂੰ? ਇਹ ਮੇਰੇ ਖਿਆਲ 10-15 ਦਿਨ ਹੋ ਚੱਲੇ, 2 ਕੁ ਹਫ਼ਤਾ ਬਹੁਤ ਸਮੇਂ ਲਾ। ਅੱਛਾ ਇਹਨਾਂ ਵੱਛਿਆਂ ਨੂੰ ਤੁਹਾਨੂੰ ਮਹਿਸੂਸ ਹੋਇਆ ਕੋਈ ਵੱਧਦੇ ਪੈਣ ਆਲੂਆਂ ਦਾ ਵਜ਼ਨ? ਬੜਾ ਸੋਹਣਾ ਮਾਸ਼ਾਅੱਲਾ ਤਿਆਰ ਹੋ ਗਿਆ ਰੇ। ਇਹਨਾਂ ਡਵਰਮੀ ਕੀਤੀ ਦੇ? ਨਹੀਂ ਅਜੇ ਕਰਨੀ ਹੈ, ਅਜੇ ਨਿਲ ਦਾਣ ਦੇਣਾ ਹੈ, ਅਜੇ ਫਾਸਤੀ ਟੀਕਾ ਵੀ ਲੱਗਣੇ ਨੇ, ਅਜੇ ਤਾਂ ਲਿਆ ਕੇ ਤੇ ਮੈਂ ਆਪਦਾ ਸੰਭਾਲਦਾ ਫਿਰਨ। ਨਹੀਂ ਇਹ ਆਉਂਦਿਆਂ ਨਾਲ ਪਹਿਲੀ ਦਫ਼ਾ ਕਰਨੀ ਪੈਣੀ, ਜਾਂ ਮੰਡੀ ਦੇ ਲੋਕ ਕਰ ਲੈਂਦੇ ਨੇ ਜਾਂ ਫਿਰ ਫਾਰਮ? ਨਹੀਂ ਨਹੀਂ ਉਹ ਕੋਈ ਨਹੀਂ ਅਸੀਂ ਕੀਤੀ ਅਜੇ, ਅਜੇ ਤਾਂ ਅਸੀਂ ਆਪਦਾ ਸੰਭਾਲ ਕੇ ਨਿਲ ਦਾਣ ਲਿਆਂਦੀ ਪਈ ਹੈ, ਉਹ ਦੇਣੀ ਹੈ। ਤੋ ਇੱਕ ਬੱਚੇ ਨੂੰ ਕਿੰਨੀ ਦਿਓਗੇ? ਉਹ ਮੇਰੇ ਖਿਆਲ ਬੱਚੇ ਨੂੰ ਪਤਾ, ਮੇਰੇ ਖਿਆਲ ਦਿੰਦੇ ਪਏ ਹਾਂ 20 ਸੀਸੀ ਮੇਰੇ ਖਿਆਲ ਹੈ ਇੱਕ ਸਿਲੰਜ। ਹਾਂ 20 ਸੀ। ਅੱਛਾ ਅੱਛਾ 15 ਦਿਨਾਂ ਬਾਅਦ ਫਿਰ? 15 ਦਿਨਾਂ ਬਾਅਦ ਹਾਂ 15 ਦਿਨਾਂ ਬਾਅਦ। ਅੱਛਾ ਤੁਸੀਂ ਵਲੈਤੀ ਬੱਚਿਆਂ ਨੂੰ ਤਰਜੀਹ ਕੌਣ ਨਹੀਂ ਦਿੱਤੀ, ਦੇਸੀ ਬੱਚੇ ਤੁਹਾਡੇ ਕੋਲ ਮੌਜੂਦ ਨੇ? ਉਹ ਮੇਰੇ ਕੋਲ ਖਾਣਾ ਜ਼ਿਆਦਾ ਬੇਟਾ ਖਾ ਰਿਹਾ ਹੈ, ਤੁਸੀਂ ਜੇ 15-14 ਬੱਚੇ ਪਿੱਛੇ ਵੇਚੇ ਨੇ ਹਾਂਜੀ, ਉਹ ਮੰਡੀ ਵੇਚੇ ਜੇ ਜਾਂ ਕਿਸੇ ਫੈਕਟਰੀ ਆ ਨਹੀਂ ਹਜੇ? ਨਹੀਂ ਨਹੀਂ ਮੈਂ ਇੱਥੇ ਇਹ ਸਰੀਮ ਵਪਾਰੀ ਮੇਰੇ ਕੋਲ ਤੋਂ ਲੈ ਗਿਆ ਸੀ। ਅੱਛਾ ਤੁਸੀਂ ਉਵੇਂ ਮੁੱਟੇ ਸਾਹਿਬ ਦੇ? ਮੁੱਟੇ ਸਾਹਿਬ ਉਹ ਵਪਾਰੀ ਹੈਗਾ ਫਿਰ ਉਹ ਇਕੱਲਾ ਕਰਕੇ ਵੇਚਦਾ ਰਿਹਾ, ਇਕੱਲਾ ਕਰਕੇ ਉਵੇਂ ਉਹਨੂੰ ਕੁਛ ਲੱਭ ਜਾਂਦੀ? ਤੁਹਾਨੂੰ ਆਪਦੀ ਰੋਜ਼ੀ ਜਿਹੜੀ ਸਾਨੂੰ ਰੱਬ ਨੇ ਲਿਖੀ ਸੀ ਉਹ ਸਾਨੂੰ ਰੱਬ ਨੇ ਦਿੱਤੀ, ਅਗਾਂਹ ਉਹਨਾਂ ਦੀ ਕਿਸਮਤ ਉਹਨਾਂ ਨਾਲ। ਅੱਛਾ ਚਾਚਾ ਮੈਂ ਤੁਹਾਡੇ ਕੋਲ ਇੱਕ ਹੋਰ ਗੱਲ ਪੁੱਛਣੀ, ਪਿਛਲੇ ਬੱਚਿਆਂ 'ਚ ਹੁਣ ਜਿਵੇਂ ਹੁਣ ਤੁਸੀਂ ਆਹ ਹੁਣ ਸਭਾ ਚਾਰਾ ਦੇ ਪੱਠੇ ਪਾ ਰਹੇ ਜੇ ਹਾਂਜੀ, ਤੇ ਹੁਣ ਆਲੂ ਵੀ ਨੇ ਤੁਹਾਡੇ ਕੋਲ, ਤੇ ਉਸ ਤੋਂ ਪਹਿਲੇ ਵੀ ਆਲੂ ਹੀ ਰੱਖੇ ਹੋਏ ਸਾਜ ਤਾਂ ਕਿਤੇ ਹਜੇ? ਨਹੀਂ ਨਹੀਂ ਉਸ ਪਹਿਲੇ ਕੋਈ ਨਹੀਂ ਸੀ, ਪਹਿਲੇ ਹੈਗਾ ਸੀ ਸਿਰਫ ਆਹ ਵੰਡਾ ਜਿਹੜਾ ਸਭਾ ਚਾਰ ਜਿਹਾ ਚੱਲਦਾ ਪਿਆ ਕੱਟੇ ਵੰਡੇ 'ਚ ਹਾਂਜੀ, ਇਹ ਚਲਾਉਂਦੇ ਰਹੇ, ਇਹ ਚਲਾਉਂਦੇ ਰਹੇ ਗੰਦਮ ਦਾ ਵੰਡਾ? ਨਹੀਂ ਨਹੀਂ ਉਹ ਵੰਡਾ ਹੋਰ ਕੰਪਨੀ ਦੇ ਸਾਹਿਬ ਦੇ ਸਾਹਿਬ ਮੈਕਸਿਮ ਕਿੰਨੇ ਵੰਡਾ ਲੈਣਾ? ਉਹ 1600-1650 'ਚ ਸਾਨੂੰ ਮਿਲਦਾ ਰਿਹਾ, 1650-1650 ਦਾ ਉਹ ਵੰਡਾ ਪਾਉਂਦੇ ਰਹੇ। ਅੱਛਾ ਤੁਸੀਂ ਇਹ ਕੰਮ ਨੂੰ ਕਿਸ ਤਰ੍ਹਾਂ ਵੇਂਦੇ ਜੇ? ਕੰਮ ਹੈ ਸਹੀ ਹੈ? ਉਹ ਅਸੀਂ ਤਾਂ ਆਪਦੇ ਦੇਹ ਦੇ ਮੁਤਾਬਕ ਬਿਲਕੁਲ ਸਹੀ ਸਮਝਦੇ ਪਏ ਹੈਗਾ, ਜਿਵੇਂ ਰੱਬ ਨੂੰ ਮਨਜ਼ੂਰ ਹੈ। ਆਹ ਲਾਲਚ ਲੱਗਣ ਹੈਗਾ ਰੋਜ਼ੀ ਰੱਬ ਕੋਲ ਹੈ। ਹਾਂ ਇਹ ਤਾਂ ਹੈ, ਨਹੀਂ ਇਹਦੇ 'ਚ ਨਵਾਂ ਬੰਦਾ ਜਿਹਨੂੰ ਪਤ ਵੱਲ ਹੀ ਨਾ ਵੇ ਬੱਚਿਆਂ ਬੱਚਿਆਂ ਦਾ ਡੰਗਰਾਂ ਦਾ, ਉਹ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ? ਬਈ ਉਹ ਤਾਂ ਜ਼ਿਹਨ ਦੇ ਮੁਤਾਬਕ ਹੈ। ਨਹੀਂ ਜ਼ਿਹਨ ਤਾਂ ਬੰਦੇ ਦਾ ਕਰਦਾ, ਉਹਦਾ ਜ਼ਿਹਨ ਮੰਨੇ ਤੇ ਉਹ ਕਰ ਲਵੇ, ਹਾਂਜੀ ਉਹਨੂੰ ਅੱਗੋਂ ਫਾਇਦਾ ਆਵੇ ਫਿਰ ਉਹ ਅਗਾਂਹ ਟੁਰ ਪਵੇ, ਨਾ ਆਵੇ ਤਾਂ ਉਹ ਕੰਮ ਚੁੱਪ ਕਰ ਬਹਿ ਘਰ ਬਹਿ ਜਾਵੇ, ਇਵੇਂ ਤਾਂ ਕਾਟਾ ਪਾ। ਹਾਂ ਸਹੀ ਗੱਲ ਹੈ। ਅੱਛਾ ਮੈਂ ਹੁਣ ਤੁਹਾਡੇ ਕੋਲ ਆਖਰੀ ਸਵਾਲ ਪੁੱਛਣਾ ਚਾਹੁੰਦਾ, ਜਿਹੜੇ ਤੁਹਾਡੇ ਪੁੱਤਰਾਂ ਬਜਾਏ ਨੇ ਬਾਹਰ ਪ੍ਰਦੇਸ਼ ਧੱਕੇ ਖਾ ਰਹੇ ਨੇ ਜੀ, ਤਾਂ ਉਹਨਾਂ ਤੁਸੀਂ ਮਸ਼ਵਰਾ ਕੀ ਦਿਓਗੇ ਇਹ ਕੰਮ ਦੇ ਬਾਰੇ, ਕੰਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਵੇਖੇ ਨਾ ਇਹ ਹੁੰਦੀ ਆਪਦੇ ਕਿਸਮਤ ਦੇ ਮੁਤਾਬਕ, ਕਿਸਮਤ ਦੇ ਹਿਸਾਬ ਨਾਲ। ਸਹੀ ਗੱਲ ਹੈ, ਜੇ ਤੁਹਾਡੀ ਤੁਸੀਂ ਕਰੋ ਤੇ ਤੁਹਾਡੀ ਕਿਸਮਤ ਸਾਥ ਦੇਵੇ ਹਾਂਜੀ, ਤੇ ਹੋ ਸਕਦਾ ਤੁਹਾਨੂੰ ਫਿਰ ਕਿੰਨਾ ਲਾਭ ਦੇਵੇਗਾ। ਆਏ ਤਾਂ ਗੱਲ ਸਹੀ ਗੱਲ, ਤੇ ਜੇ ਹੋ ਸਕਦਾ ਜੇ ਤੁਹਾਡੀ ਕਿਸਮਤ ਸਾਥ ਨਾ ਦੇਵੇ ਹਾਂਜੀ, ਤੇ ਹੋ ਸਕਦਾ ਤੁਹਾਨੂੰ ਘਾਟਾ ਵੀ ਪੈ ਸਕਦਾ। ਬਿਲਕੁਲ ਸਹੀ ਗੱਲ ਹੈ, ਇਹ ਤਾਂ ਅੱਗੋਂ ਕਿਸਮਤ ਦੇ ਸਾਥ ਨਾਲ ਹੈ। ਹਾਂ ਚੱਲ ਜਾਵੇ ਤੇ ਵਾਧੂ ਰੁਪਈਏ ਨੇ, ਨਾ ਚੱਲੇ ਤਾਂ ਉਹ ਜਿਹੜੇ ਲਾਏ ਨੇ ਉਹ ਵੀ ਅਗਲਾ ਨੂੰ ਫਿਰ ਮੈਂ 14 ਸਨ ਮੇਰੇ ਕੋਲ ਆ 15 ਤੇ ਇੱਕ ਅੱਲਾ ਨੂੰ ਪਿਆਰਾ ਹੋ ਗਿਆ, ਤੇ ਫਿਰ ਵੀ 30-40 ਹਜ਼ਾਰ ਰੁਪਈਆ 50 ਹਜ਼ਾਰ ਫਿਰ ਮੈਨੂੰ ਛੱਡ ਗਏ।
ਸਹੀ ਮਾਸ਼ਾਅੱਲਾ। ਅੱਛਾ ਬਾਬਾ ਜੀ ਤੁਸੀਂ ਇਹ ਦੱਸੋ ਜਿਸ ਤਰ੍ਹਾਂ ਹੁਣ ਬਾਰਿਸ਼ਾਂ ਪੈ ਰਹੀਆਂ ਨੇ, ਹਾਂਜੀ ਬਾਰਿਸ਼ਾਂ ਦੇ ਹਿਸਾਬ ਨਾਲ ਤੁਹਾਡਾ ਮਾਸ਼ਾਅੱਲਾ ਫਾਰਮ ਸਾਫ ਸਫਾਈ ਦੇ ਲਿਆਉਣਾ ਠੀਕ ਹੈ। ਫਿਰ ਸਵਾਲ ਨੇ ਦੱਸੋ ਤੁਸੀਂ ਕੀ ਕਰਦੇ ਹੋ? ਇਹ ਥੱਲੇ ਸੋਲਗ ਲੱਗਾ ਹੈ। ਸੋਲਗ? ਹਾਂਜੀ ਸੋਲਗ ਲਾਇਆ। ਰੋਜ਼ਾਨਾ ਸਫਾਈ ਕਰ ਰਹੇ? ਰੋਜ਼ ਦਾ ਸਫਾਈ ਕਰ ਰਹੇ ਹਾਂ ਬਸ। ਠੀਕ ਹੈ ਤਾਂ ਹੀ ਸਾਫ਼ ਹੀ ਹੋ ਰਿਹਾ ਐਵੇਂ ਤਾਂ ਹੁਣ ਤੁਸੀਂ ਚੰਗਾ ਭਲਾ ਤੁਸੀਂ ਵੀਡੀਓ ਤਾਂ ਬਣਾ ਲਈਏ ਅਤੇ ਤਾਂ ਹੀ ਮਤਲਬ ਮਿਹਨਤ ਨਾਲ ਹੀ ਖੇਡ ਹੈ। ਸਹੀ ਹੋ ਗਿਆ ਬਾਬਾ ਜੀ, ਤੁਸੀਂ ਗੱਲਾਂ ਸੋਹਣੀਆਂ ਦੱਸੀਆਂ ਨੇ। ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ, ਕਮੈਂਟਸ ਕਰੋ, ਸ਼ੇਅਰ ਕਰੋ ਤਾਂ ਕਿ ਅਸੀਂ ਇਸ ਤਰ੍ਹਾਂ ਦੀ ਵੀਡੀਓ ਚੰਗੀ ਤੋਂ ਚੰਗੀ ਬਣਾਈਏ। ਤਾਂ ਹੁਣ ਇਜਾਜ਼ਤ ਦਿਓ ਏ ਜੀ ਅਦਰ ਖਾਨ ਨੂੰ। ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੋ।